ਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੈ ਗੁਰਦੇਵ ਜੈ ਪੀਮ ਪੂਰੇ ਭਾਰਤ ਦੇ ਵਿੱਚ ਆਜ਼ਾਦੀ ਦਾ ਦਿਹਾੜਾ ਬੜੇ ਚਾ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਇਸ ਆਜ਼ਾਦੀ ਦੇ ਨਾਲ ਕਿਹੜੇ ਕਿਹੜੇ ਵਰਗ ਨੂੰ ਕੀ ਕੀ ਫਾਇਦਾ ਹੋਇਆ ਤੇ ਖਾਸ ਕਰਕੇ ਵਿਲਤ ਸਮਾਜ ਅੱਜ ਕਿੱਥੇ ਖੜਾ ਹੈ ਇਸ ਆਜ਼ਾਦੀ ਦਾ ਦਲਿਤ ਸਮਾਜ ਨੂੰ ਕੀ ਫਾਇਦਾ ਹੋਇਆ ਚਰਚਾ ਕਰਾਂਗੇ ਤੇ ਇਹ ਚਰਚਾ ਕਰਨ ਦੇ ਵਾਸਤੇ ਅਸੀਂ ਬਰੀਕੀ ਦੇ ਨਾਲ ਅੰਕੜੇ ਲੈਣ ਦੇ ਵਾਸਤੇ ਅਸਲ ਸਥਿਤੀ ਜਾਣਨ ਦੇ ਵਾਸਤੇ ਅਸੀਂ ਪਹੁੰਚ ਕੀਤੀ ਹੈ ਐਡਵੋਕੇਟ ਐਸ.ਐਲ. ਵਰਦੀ ਸਾਹਿਬ ਦੇ ਕੋਲ ਤੇ ਆਓ ਆਪਾਂ ਸਵਾਗਤ ਕਰਦੇ ਹਾਂ ਜੀ ਵਰਦੀ ਸਾਹਿਬ ਜੈ ਪੀਮ ਜੈ ਪਰਤ ਜੀ ਠੀਕ ਠਾਕ ਹੋ ਜੀ ਹਾਂ ਠੀਕ ਹੈ ਵਰਦੀ ਸਾਹਿਬ ਆਜ਼ਾਦੀ ਦਾ ਦਿਹਾੜਾ ਤੇ ਦੁਨੀਆ ਭਰ ਦੇ ਵਿੱਚ ਮਨਾਇਆ ਗਿਆ ਹਾਂ ਜੀ ਸਾਰੇ ਵਰਗਾਂ ਨੇ ਇਕੱਠੇ ਹੋ ਕੇ ਮਨਾਇਆ ਹਾਂਜੀ ਤੇ ਬਹੁਤੀ ਵਰਗ ਤੇ ਬਹੁਤੇ ਸਮਾਜ ਨੂੰ ਤਾਂ ਉਸ ਦਿਨ ਪਤਾ ਵੀ ਨਹੀਂ ਸੀ ਵੀ ਅੱਜ ਆਜ਼ਾਦੀ ਦਿਹਾੜਾ ਵਿਚਾਰੇ ਆਪਣੇ ਆਪਣੇ ਕੰਮਾਂ ਤੇ ਲੱਗੇ ਹੋ ਸੀ ਕਿਰਤ ਕਰ ਰਹੇ ਸੀਗੇ ਤੇ ਅਸਲ ਇਹ ਆਜ਼ਾਦੀ ਖਾਸ ਕਰਕੇ ਦਲਿਤ ਵਰਗ ਦੀ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਸਥਿਤੀ ਕੀ ਹੈਗੀ ਆ ਇਹ ਜਿਹੜੀ ਆਜ਼ਾਦੀ ਹੈ ਉਹਦਾ ਦਲਿਤ ਸਮਾਜ ਨੇ ਕਿੰਨਾ ਕੁ ਨਿਗਮਾਣਿਆ ਉਹ ਅਸੀਂ ਜਾਨਣਾ ਚਾਹਾਂਗੇ ਅੱਜ ਜਿਹੜੇ ਅਸਲ ਅੰਕੜਿਆਂ ਦੇ ਮਤਲਬ ਨਿਰਮਲ ਕੁੜਾ ਜੀ ਜੀ ਸਾਡੇ ਦੇਸ਼ ਦੇ ਵਿੱਚ ਆਜ਼ਾਦ ਭਾਰਤ ਨੂੰ ਸਿਰਜਣ ਲਈ ਜੀ ਸੈਂਕੜੇ ਦੀ ਤਦਾਦ ਦੇ ਵਿੱਚ ਹੂੰ ਕੋਈ 2.5 ਹਜ਼ਾਰ ਤਾਂ ਪੰਜਾਬੀਆਂ ਨੇ ਫਾਂਸੀਆਂ ਦੇ ਰਸੇ ਚੁੰਮੇ ਹੂੰ ਜੇਲਾਂ ਹੋਰ ਕਟੀਆਂ ਤਸੀਂ ਇਹ ਚੱਲੇ ਜੀ 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 ਤੇ ਉਹ ਜਿਹੜਾ ਆਜ਼ਾਦੀ ਭਾਰਤ ਦੇ ਵਿੱਚ ਲਿਆਉਣਾ ਚਾਹੁੰਦੇ ਸੀਗੇ ਉਹ ਜਿਹੜੇ ਦੇਸ਼ ਦੇ ਸਾਡੇ ਸ਼ਾਸਕ ਹੈ ਪਾਰਟੀਆਂ ਚਾਹੇ ਕੋਈ ਵੀ ਹੋਣ ਉਹ ਸਥਾਪਿਤ ਨਹੀਂ ਕਰ ਸਕੀਆਂ ਹੂੰ ਸਿਰਫ ਫਰਕ ਆਜ਼ਾਦੀ ਦਾ ਇੰਨਾ ਕੁ ਪਿਆ ਜੀ ਬਈ ਜਿਹੜੇ ਅੰਗਰੇਜ਼ਾਂ ਦੇ ਵੇਲੇ ਛੋਟੇ ਸਰਮਾਇਦਾਰ ਸੀ ਹੂੰ ਉਹ ਹੁਣ ਇਹ ਜਿਹੜੇ ਟਾਟਾ ਬਿਰਲਾਰ ਅਡਾਨੀ ਬਾਨੀ ਬੜਬੜੇ ਸਰਮਾਇਦਾਰ ਬਣ ਗਏ ਇੱਕ ਤਾਂ ਇਹ ਫਰਕ ਪਿਆ ਜਾਂਦਾ ਹੂੰ ਦੂਜਾ ਇਹ ਫਰਕ ਪਿਆ ਹੈਗਾ ਜਿਹੜੇ ਪਹਿਲਾਂ ਛੋਟੇ ਛੋਟੇ ਦੁਕਾਨਦਾਰ ਸੀ ਪਿੰਡਾਂ 'ਚ ਕਰਿਆਨੇ ਦੀਆਂ ਅੱਜ ਉਹਨਾਂ ਨੇ ਵੱਡੇ ਵੱਡੇ ਆ ਜਿਹੜੇ ਸਟੋਰ ਮਾਲ ਬਣਾ ਲੈ ਹੈ ਜੀ ਤੇ ਤੀਜਾ ਜਿਹੜਾ ਪਹਿਲਾਂ ਅੰਗਰੇਜ਼ਾਂ ਦੇ ਵਿੱਚ ਕਲਰਕ ਵਗੈਰਾ ਸੀਗੇ ਛੋਟੇ ਛੋਟੇ ਮੁੰਚੀ ਸੀਗੇ ਤੇ ਉਹ ਅੱਜ ਜਿਹੜੇ ਬੜਬੜੇ ਜਿਹੜੇ ਉਹ ਅਫਸਰ ਬਣਦੇ ਜੀ ਤੇ ਜਿਹੜੇ ਅੰਗਰੇਜ਼ਾਂ ਦੇ ਰਾਜ ਚ ਪਹਿਲਾਂ ਸਿਰਫ ਮਿਊਨਿਸਪੈਲਿਟੀਆਂ ਦੇ ਮੈਂਬਰ ਬਣਦੇ ਹੁੰਦੇ ਸੀ ਉਹ ਹੁਣ ਇੱਥੇ ਐਮਪੀ ਐਮਐਲਏ ਮੰਤਰੀ ਬਣ ਲੱਗ ਪਏ ਜੀ 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 ਇਹ ਇਨਕ ਪਰਵਰਤਨ ਜਿਹੜਾ ਆਇਆ ਹੂੰ ਤੁਸੀਂ ਦਲਿਤ ਸਵਾਲ ਦੀ ਸਮਾਜ ਦੀ ਗੱਲ ਦੀ ਬਿਲਕੁਲ ਜੀ ਮੁੱਦਾ ਉਠਾਇਆ ਹੈ ਦਾ ਜੀ ਐਸ ਵਿਲੇ ਜਿਹੜਾ ਦਲਿਤ ਸਮਾਜ ਭਾਰਤ ਦੀ 130 ਕਰੋੜ ਲੋਕਾਂ ਚੋਂ 80 ਕਰੋੜ ਲੋਕ ਜਿਹੜੇ ਦਲਿਤ ਸੋਸ਼ਲ ਸਮਾਜ ਦੇ ਆ ਜੀ 80 ਕਰੋੜ ਜੀ ਜੀ ਤੇ ਉਹ 80 ਕਰੋੜ ਲੋਕਾਂ ਦੇ ਵਿੱਚੋਂ ਜਿਹੜੇ 80 ਕਰੋੜ ਦਲਿਤ ਸੋਸ਼ਲ ਸਮਾਜ ਮਜ਼ਦੂਰ ਰਹਿ ਗਏ ਆ ਉਹਨਾਂ ਦੇ ਵਿੱਚੋਂ ਸਿਰਫ 5% ਲੋਕ ਹੂੰ ਜਿਹੜੇ ਕੋਈ ਐਮ ਐਲ ਏ ਐਮ ਪੀ ਮੰਤਰੀ ਬਣਦੇ ਹੈਗੇ ਜਾਂ ਕੋਈ ਆਈ ਐਸ ਆਈ ਪੀ ਐਸ ਅਫਸਰ ਬਣਦੇ ਹੈਗੇ ਆ ਜੀ ਉਹਨਾਂ ਨੂੰ ਤਾਂ ਆਜ਼ਾਦੀ ਦਾ ਨਿੱਗ ਮਿਲਿਆ ਜੀ ਉਹਨਾਂ ਨੂੰ ਤਾਂ ਆਜ਼ਾਦੀ ਦਾ ਫਾਇਦਾ ਹੋਇਆ ਹਮ ਪਰ ਬਾਕੀ ਜਿਹੜਾ ਸਮਾਜ ਹੈ ਇੱਥੇ ਦਲਤਾਂ ਦਾ 95% ਜਾਨੀ ਜਾਨੀ 80 ਦੇ ਵਿੱਚੋਂ ਜੇ 75 ਕਰੋੜ ਜਿਹੜੇ ਲੋਕ ਆ ਜੀ ਉਹਨਾਂ ਦਾ ਜਿਹੜਾ ਜੀਵਨ ਆ 70 ਹੈ ਉਹਦੇ 'ਚ ਕੋਈ ਪਰਵਰਤਨ ਨਹੀਂ ਆਇਆ ਹੈ ਹਮ ਜੋ ਆਜ਼ਾਦੀ ਤੋਂ ਪਹਿਲਾਂ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ ਸੀ ਜ਼ੁਲਮ ਹੁੰਦਾ ਸੀ ਜੀ ਜੀ ਬੇਇਨਸਾਫੀ ਹੁੰਦੀ ਸੀ ਉਹ ਉਹਨਾਂ ਨਾਲ ਅੱਜ ਵੀ ਉਸੇ ਤਰ੍ਹਾਂ ਹੂੰ ਬਰਕਰਾਰ ਹੈ ਗੁਰਾ ਜੀ ਜੇ ਆਪਾਂ ਦੱਸੀਏ ਹੂੰ 75 ਸਾਲ ਦੀ ਸਾਡੀ ਆਜ਼ਾਦੀ ਦੇ ਵਿੱਚ ਇੱਕ ਕੁਝ ਸਾਲ ਪਹਿਲਾਂ ਦੀ ਗੱਲ ਹੈ ਜੀ ਕਰਨਾਟਕਾ ਜਿਹੜਾ ਰਾਜ ਤੇ ਆਪਣੀ ਜੀ ਜੀ ਸਟੇਟ ਆ ਜੀ ਉੱਥੇ ਇੱਕ ਬੰਦੀ ਬੰਦੀ ਅੱਪਾ ਨਾ ਦੀ ਔਰਤ ਜਿਹੜੀ ਆ ਉਹਦੇ ਪਤੀ ਦੀ ਮੌਤ ਹੋ ਗਈ ਜੀ ਜਦ ਮੌਤ ਹੋ ਗਈ ਤਾਂ ਉਹ ਗਰੀਬ ਸੀ ਬਹੁਤ ਤੇ ਉਹਦਾ ਸੰਸਕਾਰ ਕਰਨ ਲਈ ਬਾਲਣ ਚਾਹੀਦਾ ਸੀ ਪਰ ਉਹਨਾਂ ਕੋਲ ਬਾਲਣ ਲਈ ਪੈਸੇ ਨਹੀਂ ਸਿਕੇ ਜਦ ਉਹਨਾਂ ਕੋਲ ਪੈਸੇ ਨਹੀਂ ਸਿਕੇ ਤਾਂ ਉਹਨੇ ਕਿਹਾ ਚਲੋ ਇਹਨੂੰ ਪਰੇ ਉਧਰ ਸ਼ਮਸ਼ਾਨ ਘਾਟ ਚ ਤੱਬੋਂ ਨੇ ਹੈਗੇ ਬਈ ਜਦੋਂ ਦੱਬਣ ਗਏ ਤਾਂ ਉੱਥੇ ਜਦ ਕਬਰ ਪੁੱਟੀ ਜਾ ਰਹੀ ਸੀ ਤਾਂ ਉੱਚ ਜਾਤੀਆਂ ਨਾਲ ਕੇ ਕਿਹਾ ਵੇ ਤੁਸੀਂ ਨੀਵੀਂ ਜਾਤ ਆਂ ਤੁਹਾਡਾ ਇੱਥੇ ਸੰਸਕਾਰ ਨਹੀਂ ਹੋ ਸਕਦਾ ਅੱਛਾ ਜੀ ਉਹਨਾਂ ਨੇ ਉੱਥੋਂ ਉਹਨਾਂ ਦੀ ਜਿਹੜੀ লাশ ਆ ਉਹਨਾਂ ਨੇ ਚੁਕਵਾ ਦਿੱਤੀ ਫਿਰ ਉਹਨਾਂ ਨੇ লাশ ਲਿਜਾ ਕੇ ਇੱਕ ਨਹਿਰ ਤੇ ਕੰਡੇ ਦੇ ਉੱਤੇ ਥੋੜਾ ਬਹੁਤਾ ਉੱਥੋਂ ਬਾਲਣ ਬੁੱਲਣ ਇਕੱਠਾ ਕੀਤਾ ਪ੍ਰਸਾਦ ਦਾ ਮੌਸਮ ਸੀ ਗਿੱਲਾ ਸੀ ਪਰ ਉਹ ਗੱਲ ਸੜੀ ਨਾ লাশ ਅੱਧ ਸੜੀ ਰਹਿ ਗਈ ਤਾ ਉਹ ਫੇਰ ਦੇਖਿਆ ਵੀ ਕਹਿੰਦੇ ਚਲੋ ਉਹ ਪਰਲੇ ਜਿਹੜਾ ਜੰਗਲ ਆ ਉੱਥੇ ਦੱਬਲੇ ਹੋਏ ਹੈਗੇ ਆ ਇਹਨੂੰ ਉਹ ਲਾਸ਼ ਨੂੰ ਉੱਥੇ ਚੱਕ ਕੇ ਲੈ ਗਏ ਜੀ ਜਦ ਲੈ ਗਏ ਤਾਂ ਉੱਥੇ ਉਹ ਦੱਬਣ ਲਈ ਟੋਆ ਕੱਟ ਰਿਹਾ ਸੀ ਪਟ ਰਿਹਾ ਸੀ ਤਾਂ ਉਹਨਾਂ ਚ ਜਿਹੜੇ ਜ਼ਿੰਮੇਦਾਰ ਆ ਉਹ ਆ ਗਏ ਉਹਨਾਂ ਨੇ ਕਹਿੰਿਆ ਇੱਥੋਂ ਚੱਕੋ ਇਹਨੂੰ ਕਹਿੰਦੇ ਜੇ ਤੁਸੀਂ ਇੱਥੇ ਇਹਨੂੰ ਦੱਬ ਦਿੱਤਾ ਸਾਡੀ ਨਾਲ ਜ਼ਮੀਨ ਲੱਗਦੀ ਆ ਤਾਂ ਸਾਡੀ ਜ਼ਮੀਨ ਪਿੱਟੀ ਜਾਣੀ ਔਰ ਉਹਦੀ ਉਹਦਾ ਜਿਹੜਾ ਸੰਸਕਾਰ ਨਹੀਂ ਹੋਣ ਦਿੱਤਾ ਗਿਆ ਔਰ ਉਹ ਕੰਮ ਵੀ ਦੇਰੇ ਔਰ ਇਦਾਂ ਹੀ ਜਿਹੜਾ ਆ ਤਾਮਿਲਨੇਡੋ ਜਿਹੜਾ ਜੀ ਸਟੇਟ ਆ ਉਹਦੇ ਵਿੱਚ ਇੱਕ ਔਰਤ ਜਿਹੜੀ ਆ ਪਹਿਲਾਂ ਉਹ ਗੰਦਗੀ ਉਠਾਉਣ ਦਾ ਕੰਮ ਕਰਦੀ ਸੀ ਜੀ ਟਟੀਆਂ ਵਗੈਰਾ ਸਫਾਈ ਦਾ ਉਹਨ ਦੇਖਿਆ ਵੀ ਇਹ ਕਿਤਾਬ ਅਪਮਾਨਿਤ ਹੈਗਾ ਆ ਬਈ ਲੋਕੇ ਇਹਦੇ ਇੱਜ਼ਤ ਨਹੀਂ ਕਰਦੇ ਹੈਗੇ ਉਹਨ ਛੱਡ ਕੇ ਤਾਂ ਉਹਨ ਥਰੀ ਵੀਲਰ ਜਿਹੜਾ ਕਿਸ਼ਤਾਂ ਤੇ ਲੈ ਲਿਆ ਜੀ ਪਿੰਕ ਤੋਂ ਉਹ ਥਰੀ ਵੀਲਰ ਚਲਾਉਣ ਲੱਗ ਪਈ ਜਾ ਚ ਰੌਣ ਲੱਪਈ ਤਾਂ ਇੱਕ ਦਿਨ ਉੱਚ ਜਾਤੀ ਦੇ ਜਿਹੜੇ ਲੋਕ ਐ ਉਧਰ ਉਹਨਾਂ ਨੇ ਉਹਨੂੰ ਘੇਰ ਲਿਆ ਹੂੰ ਘੇਰ ਕੇ ਉਹ ਕਹਿੰਦੇ ਵੀ ਤੂੰ ਇਹ ਕਿਹੜਾ ਕੰਮ ਕਰਨ ਲੱਪਈ ਆ ਤੁਹਾਡਾ ਕੰਮ ਗੰਦਗੀ ਠਾਉਣਾ ਆ ਹੂੰ ਵੀ ਤੂੰ ਗੰਦਗੀ ਦਾ ਕੰਮ ਕਰ ਇਹ ਛੱਡ ਉਹ ਕਹਿੰਦੀ ਨਹੀਂ ਮੈਂ ਆਜ਼ਾਦ ਆ ਦੇਸ਼ ਭਾਰਤ ਆਜ਼ਾਦ ਆ ਹੁਣ ਸਾਨੂੰ ਵੀ ਹੱਕ ਹੈਗੇ ਆ ਮੈਂ ਕਿਉਂ ਨਹੀਂ ਕਰ ਸਕਦੀ ਹੈਗੀ ਮੈਂ ਕਰਨਾ ਹੈਗਾ ਉਹਨੇ ਉਹਦੇ ਜਿਹੜਾ 3 ਵੀਲਰ ਸੀ ਉਹਨੂੰ ਅੱਗ ਲਾ ਦਿੱਤੀ ਹੂੰ ਉਥੇ ਫੋਕ ਦਿੱਤਾ ਜਦ ਫੂਕ ਦਿੱਤਾ ਉਹ ਜਾ ਕੇ ਡੀਸੀ ਦੇ ਕੋਲ ਰੋਈ ਪਿੱਟੀ ਤਾਂ ਡੀਸੀ ਨੇ ਆਪਣੇ ਰੈੱਡ ਕਰਾਸ ਦੇ ਫੰਡ ਚੋਂ ਉਹਨੂੰ ਨਮਾ ਲੈ ਦਿੱਤਾ ਠੀਕ ਹੈ ਜੀ ਜਦ ਨਮਾ ਲੈਤਾ ਉਹ ਫੇ ਚਲਾਉਣ ਲੱਪਈ ਜੇ ਚਰਾਉਣ ਲੱਪਈ ਪਰ ਉੱਛ ਜਾਂਦੀ ਇਹਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਜੇ ਇਹ ਇਦਾਂ ਦੇ ਕੰਮ ਕਰਨਾ ਤਾਂ ਫੇ ਟੱਟੀਆਂ ਕਿੰ ਚੱਕਣੀਆਂ ਫੇ ਤਾਂ ਸਾਨੂੰ ਵੀ ਚੱਕਣੀਆਂ ਪੈਣਗੀਆਂ ਨਾ ਹੂੰ ਇਸ ਕਰਕੇ ਉਹਨਾਂ ਨੇ ਉਹਨਾਂ ਨੇ ਫਿਰ ਫੇਰ ਉਹ ਜਿਹੜਾ ਆ ਉਹਦਾ ਜਿਹੜਾ ਮੁੰਡਾ ਪੜਦਾ ਸੀ 7ਵੀਂ ਚ ਠੀਕ ਹੈ ਜੀ ਉਨੀ ਸਕੂਲ ਚ ਜਾ ਕੇ ਉਹਨੂੰ ਉਥੋਂ ਕਢਾਤਾ ਹੂੰ ਉਹਦਾ ਤਾਂ ਭੈੱਖੋ ਹੀ ਬੱਚਾ ਹੀ ਭੈੱਖਰਾਬ ਕਰੀਏ ਉਹ ਹੀ ਸੀ ਹੂੰ ਤੇ ਫਿਰ ਉਹਨਾਂ ਨੇ ਉਹਨੂੰ ਫੇਰ ਉਹਦੇ ਉੱਤੇ ਹਮਲਾ ਕੀਤਾ ਫੇਪੰਤਾ ਹੂੰ ਯਾਨੀ ਇਹ ਸਥਿਤੀ ਆਜ਼ਾਦੀ ਬਿਲਕੁਲ ਬਿਲਕੁਲ ਯਾਨੀ 75 ਸਾਲ ਬਾਅਦ ਵੀ ਜਿਹੜਾ ਦਲਿਤ ਸਮਾਜ ਆ ਉਹਦੀ ਕੀ ਸਥਿਤੀ ਆ ਹੁਣ ਤੁਸੀਂ ਫੂਲੋਂ ਦੇਵੀ ਦਾ ਨਾਮ ਸੁਣਿਆ ਹੁੰਦਾ ਜੀ ਜੀ ਹਾਂ ਇਹ ਉੱਤਰ ਪ੍ਰਦੇਸ਼ ਜੁਪੀ ਦੀ ਕਹਾਣੀ ਹੈ ਬਿਲਕੁਲ ਬਿਲਕੁਲ ਜੁਪੀ ਦੇ ਵਿੱਚ ਫੂਲਨ ਇੱਕ ਪਿੰਡ ਜਿਹੜੀ ਹੈਗੀ ਆ ਹੂੰ ਉੱਥੇ ਸੀਗੀ ਤੇ ਉਹਦਾ ਜਿਹੜਾ ਸ਼ੋਸ਼ਣ ਕੀਤਾ ਗਿਆ ਹੂੰ ਪਹਿਲਾਂ ਤਾਂ ਉਹਦਾ ਸ਼ੋਸ਼ਣ ਬੱਚੀ ਸੀ ਹਜੇ 8-10 ਸਾਲ ਦੀ ਉਹਦੇ ਨਾਲ ਕਰਦੇ ਰਹੇ ਜੀ ਜੀ ਫਿਰ ਉਹਦੇ ਉੱਤੇ ਝੂਠੇ ਕੇਸ ਪਵਾ ਕੇ ਹੂੰ ਉਹਦੇ ਤੇ ਜਮਾਨਤ ਤੇ ਜ਼ਿਮੀਦਾਰ ਲਾ ਗਏ ਉਹਨੇ ਕੋਲੇ ਰੱਖੀ ਫਿਰ ਉਹ ਕਰਦੇ ਰਹੇ ਫਿਰ ਉਹਨੇ ਇਦਾਂ ਹੀ ਜਾਦ ਹੌਲੀ ਹੌਲੀ ਉਹਦੇ ਨਾਲ ਇਹ ਜਿਆਜਤੀਆਂ ਹੁੰਦੀਆਂ ਰਹੀਆਂ ਤਾਂ ਉਹ ਫਿਰ ਜੰਗਲਾਂ ਚਲ ਗਏ ਹੂੰ ਜੰਗਲ ਚ ਜਾ ਕੇ ਉਹਨੇ ਹਥਿਆਰ ਚੱਕ ਲਏ ਜਿਆ ਹਥਿਆਰ ਚੱਕ ਲਏ ਉਹ ਵੀ ਤਾਂ ਚੱਕੇ ਇੱਕ ਵਾਰੀ ਫਿਰ ਉਹ ਜਿਹੜੇ ਜਮੰਤ ਤੇ ਲੈ ਕੇ ਆਏ ਸੀ ਲੋਕ ਨਾ ਉਹਨਾਂ ਨੇ ਆਪ ਤਾਂ ਬੁਲਾ ਲਈ 20 ਬੰਦੇ ਜਾਣੇ ਉਹਨਾਂ ਬੁਲਾਤ ਕਰ ਲੇ ਕੰਡਾ ਕੀਤਾ ਪੰਜ ਦਿਨ ਲਗਾਤਾਰ 20 ਬੰਦਿਆਂ ਨੇ ਅਲਫ ਨੰਗੀ ਕਰਕੇ ਉਹਦੇ ਨਾਲ ਬਲਾਤਕਾਰ ਕੀਤਾ ਹੂੰ ਹੂੰ ਔਰ ਜਦ ਬਲਾਤਕਾਰ ਕੀਤਾ ਉਹ ਪਿੰਡ ਦੀ ਪੰਚਾਇਤ ਵੀ ਸੀ ਕਿਸੇ ਨੇ ਕੋਈ ਰੁਕਿਆ ਨਹੀਂ ਉਹ ਜਿਹੜੇ ਬਲਾਤਕਾਰੀ ਸੀ ਉਹਨਾਂ ਦੀਆਂ ਮਾਮਾਂ ਪੈਣਾ ਵੀ ਸੀ ਉਹਨਾਂ ਚੋਂ ਕਿਸੇ ਨੇ ਵੀ ਆ ਕੇ ਉਹ ਬਲਾਤਕਾਰੀਆਂ ਨੂੰ ਦੁਰਫਟੇ ਮੂੰਹ ਨਹੀਂ ਕਿਹਾ ਵੇ ਇਹ ਕੀ ਕੰਡ ਹੈ ਮੈਂ ਹੂੰ ਹੂੰ ਹੈ 20 ਬੰਦੇ ਪੰਜ ਦਿਨ ਉਹਦੇ ਨਾਲ ਇਹ ਕੰਡ ਹੈ ਹੈਗੇ ਆ ਬਿਲਕੁਲ ਬਿਲਕੁਲ ਯਾਨੀ ਫੇਰ ਦੇਖੋ ਦੇਖੋ ਕੋਈ ਪੁਲਿਸ ਨਹੀਂ ਆਈ ਪੰਜ ਦਿਨ ਨੂੰ ਥੋੜੇ ਨਹੀਂ ਹੁੰਦੇ ਬਹੁਤ ਕੋਈ ਅਣਖੀ ਨਹੀਂ ਪੈਦਾ ਹੋਇਆ ਹਮ ਜਿਹੜਾ ਜਾ ਕੇ ਉਹਨਾਂ ਬਲਾਤਕਾਰੀਆਂ ਨੂੰ ਲਲਕਾਰ ਦਿੰਦਾ ਤੇ ਕੋਈ ਵੀ ਉਹਦਾ ਚੀਰ ਹਰਨ ਹੁੰਦਾ ਰਿਹਾ ਹਮ ਕੋਈ ਉਹਦਾ ਬਚਾਉਣ ਨਹੀਂ ਆ ਜੀ 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 ਆਖਰ ਉਹ ਫਿਰ ਜੰਗਲਾਂ ਚਲ ਗਏ ਹਥਿਆਰ ਚੱਕ ਲੈ ਤਾਂ ਫਿਰ ਉਹਨੇ ਜੋ ਆ ਕੇ ਕੀਤਾ ਉਹ ਵੀ ਜਿਹੜੇ ਬਲਾਤਕਾਰੇ ਹਮ ਲਿਆ ਕੇ ਲੈਨ ਚ ਖੜੇ ਕਰਕੇ ਫੇਰ ਕਿਉਂਕਿ ਕਾਨੂੰਨ ਨੇ ਤਾਂ ਉਹਨੂੰ ਨਿਆਂ ਨਹੀਂ ਦਿੱਤਾ ਫੇਰ ਉਹ ਨਿਆਂ ਲਿਆ ਹਮ ਹੁਣ ਇਦਾਂ ਹੀ ਜਿਹੜੀ ਆ ਖੈਰ ਲਾਂਜੀ ਮਹਾਰਾਸ਼ਟਰ ਦਾ ਇੱਕ ਪਿੰਡ ਹੈ ਜੀ ਬੁੜਾ ਜੀ ਖੈਰ ਲਾਂਜੀ ਪਿੰਡ ਦੇ ਵਿੱਚ ਹਮ ਇੱਕ ਪੜੇ ਲਿਖੇ ਧਲਤ ਨੇ ਜ਼ਮੀਨ ਖਰੀਦੀ ਲਈ ਜਦ ਜ਼ਮੀਨ ਖਰੀਦੀ ਲਈ ਤਾਂ ਉੱਚ ਜਾਤੀਆਂ ਨੂੰ ਉਹ ਪਛੀਨਾ ਉਹ ਕਹਿੰਦੇ ਤੁਸੀਂ ਕਦਾਂ ਫਰੀਦ ਸਕਦੇ ਆਂਗੇ ਤੁਸੀਂ ਤਾਂ ਕਮੀ ਕਮੀ ਨੇ ਲੋਕ ਹੈਗੇ ਹੂੰ ਉਨੀ ਫੇ ਉਹਦੀ ਔਰਤ ਉਹਦੀ ਲੜਕੀ ਉਹਨਾਂ ਨਾਲ ਸਮੂਹਕ ਤੌਰ ਤੇ ਉੱਥੇ ਲਿਜਾ ਕੇ ਬਲਾਤਕਾਰ ਕੀਤਾ ਫੇ ਉਹਨਾਂ ਨੂੰ ਮਾਰ ਦਿੱਤਾ ਉਹਦੇ ਮੁੰਡੇ ਨੂੰ ਮਾਰਤਾ ਉਹਨੂੰ ਮਾਰਤਾ ਸਾਰਿਆਂ ਨੂੰ ਮਾਰ ਕੇ ਨਹਿਰ ਚ ਹੂੰ ਆ ਹਾਲ ਹੈ ਦੇਸ਼ ਦੀ ਆਜ਼ਾਦੀ ਦਾ ਬਿਲਕੁਲ ਬਿਲਕੁਲ ਔਰ ਇਦਾਂ ਹੀ ਫਿਰ ਅਸੀਂ ਦੇਖਦੇ ਹਾਂ ਰੋ ਤੱਕ ਆਪਣੇ ਜਿਹੜਾ ਹੁਣੇ ਜੂਪੀ ਦੇ ਵਿੱਚ ਜਿਹੜਾ ਉਹ ਹਸਨਾਪੁਰ ਦੇ ਕੋਲ ਜਿਹੜਾ ਕਾਂਡ ਹੋਇਆ ਹੈਗਾ ਇਹ ਉਹਦਾ ਨਾਂ ਹੈਗਾ ਨਰਪਿਆ ਲੜਕੀ ਜੀ ਬਿਲਕੁਲ ਬਿਲਕੁਲ ਉਹ ਨਰਪਿਆ ਹੱਤਿਆ ਕਾਂਡ ਜਿਹੜਾ ਦੇਖੋ ਉਸ ਲੜਕੀ ਨਾਲ ਕਿਦਾਂ ਸਮੂਹਕ ਬਲਾਤਕਾਰ ਹੋਇਆ ਉਹ ਜਿਹੜਾ ਮੰਤਰੀ ਹੈ ਉੱਥੇ ਦਾ ਉਹ ਸਾਰੇ ਉਹਦੇ ਬੰਦੇ ਹੈਗੇ ਆ ਫਿਰ ਉਹਨਾਂ ਨੇ ਕਿਵੇਂ ਉਹਨਾਂ ਕੀਤਾ ਹੈਗਾ ਔਰ ਬੜੀ ਗਲਤ ਹੈ ਬਈ ਉਹਨੂੰ ਇਦਾਂ ਹੀ ਜਿਹੜਾ ਆ ਉਹਦਾ ਇਲਾਜ ਨਹੀਂ ਹੁਣ ਦਿੱਤਾ ਹੈਗਾ ਕਿਸੇ ਤਰ੍ਹਾਂ ਵੀ ਸਾਰਾ ਪ੍ਰਸ਼ਾਸਨ ਵੀ ਉਹਦੇ ਨਾਲ ਸੋ ਮੁੱਖ ਮੰਤਰੀ ਜੋਗੀ ਹੈਗੇ ਆ ਉੱਥੇ ਪਰ ਉਹ ਸੰਤ ਵੀ ਆ ਪਰ ਉਹਨਾਂ ਨੇ ਕੋਈ ਸੰਤਾਂ ਵਾਲਾ ਉੱਥੇ ਦਿਖਾਇਆ ਨਹੀਂ ਜੋ ਵੀ ਆ ਤੇ ਆਖਰ ਉਹ ਜਿਹੜੀ ਆ ਮਰ ਗਈ ਤੇ ਜਦ ਮਰ ਗਈ ਤਾਂ ਫਿਰ ਸਾਡੇ ਦੇਸ਼ ਦੇ ਸੰਸਕਾਰ ਆ ਸਾਡੇ ਦੇਸ਼ ਦੀ ਸੱਭਤਾ ਹੈਗੀ ਆ ਬਈ ਕਦੀ ਵੀ ਸੂਰਜ ਮਿਟੇ ਤੇ ਸੰਸਕਾਰ ਨਹੀਂ ਕਰਦੇ ਹੈਗੇ ਦੂਜਾ ਸੰਸਕਾਰ ਕਿੰਨਾ ਵੀ ਕੋਈ ਬੰਦਾ ਮਾੜਾ ਹੋਵੇ ਤਾਂ ਉਹਦੇ ਬਕਾਇਦਾ ਜਿਹੜੇ ਸਾਡੇ ਸੱਭਿਆਚਾਰ ਚੱਲਦਾ ਹੈਗਾ ਸਮਾਜ ਦਾ ਉਹਦੇ ਮੁਤਾਬਕ ਜਿਹੜਾ ਹੈ ਹੁੰਦਾ ਹੈਗਾ ਆ ਤੇ ਉਹ ਉਹਨਾਂ ਨੇ ਉਹ ਰਾਤ ਨੂੰ ਹੀ ਪੁਲਿਸ ਨੇ ਲਿਆ ਕੇ ਉਹਨੂੰ ਉੱਥੇ ਜਿਹੜਾ ਪਟ્રોલ ਪਾਕਿਸਤਾਨ ਦਾ ਤੇ ਕੀ ਜਾਦੀ ਹੈ ਇਸ ਕਰਕੇ ਜਾਦੀ ਜਿਹੜੀ ਆ ਉਹਦਾ ਕੋਈ ਇਹ ਗਰੀਬਾਂ ਨੂੰ ਦਲਤਾਂ ਨੂੰ ਤਾਂ ਕੋਈ ਹੂੰ ਹੂੰ ਮੇਰੀ ਨਹੀਂ ਹੈ ਬਰਦੀ ਸਭ ਇਹ ਅਸਲ ਦੇ ਵਿੱਚ ਇਹ ਹਾਲਾਤ ਪੈਦਾ ਕਿਨੇ ਕੀਤੇ ਇਦਾਂ ਦੇ ਜਿਹੜੇ ਇਹ ਆਜ਼ਾਦੀ ਜਿਹੜੀ ਲੋਕਾਂ ਤੱਕ ਨਹੀਂ ਪਹੁੰਚੀ ਜਾਂ ਅੱਜ ਵੀ ਲੋਕਾਂ ਨੂੰ ਬੇਇਨਸਾਫੀ ਅੰਨਿਆ ਇਹ ਸਾਰਾ ਧੋਖਾ ਹੋ ਰਿਹਾ ਇਹ ਕਿਨੇ ਕੀਤਾ ਪੈਦਾ ਇਦਾਂ ਦੇ ਹਾਲਾਤ ਕਿਨੇ ਕੀਤੇ ਨੇ ਇਹ ਪੈਦਾ ਜਿਹੜੇ ਆ ਦੇਖੋ ਦੇਸ਼ ਦੇ ਉੱਤੇ ਕਾਬਜ ਤਾਂ ਚਾਹੇ ਕੋਈ ਪਾਰਟੀ ਵੀ ਆ ਮੁੜ ਕੇ ਹੀ ਰਾਜਿਆਂ ਦੇ ਪੁੱਤ ਪੋਤੇ ਦੋਤੇ ਰਾਜ ਚ ਆ ਗਏ ਹੈਗੇ ਜੀ ਜੀ ਗੱਲ ਜਿਹੜੀ ਦੁੱਖ ਦੀ ਇਹ ਆ ਵੀ ਜਿਹੜੀਆਂ ਰਿਜ਼ਰਵ ਸੀਟਾਂ ਦੇ ਉੱਤੇ ਜਿਹੜੇ 131 ਮੈਂਬਰ ਪਾਰਲੀਮੈਂਟ ਬਣਦੇ ਹੈਗੇ ਆ 1050 ਦੇ ਕਰੀਬ ਐਮ ਐਲ ਏ ਬਣਦੇ ਹੈਗੇ ਆ ਉਹ ਰਿਜ਼ਰਵ ਸੀਟਾਂ ਤੇ ਜਾਂਦੇ ਹੈਗੇ ਆ ਯਾਨੀ ਉਹ ਰਿਜ਼ਰਵ ਸੀਟਾਂ ਜਿਹੜੀਆਂ ਆ ਉਹ ਕੋਈ ਇਕੱਲੇ ਲਈ ਨਹੀਂ ਹੈ ਰਿਜ਼ਰਵੇਸ਼ਨ ਰਿਜ਼ਰਵੇਸ਼ਨ ਫਾਰ ਕਮਿਊਨਿਟੀ ਹੈ ਯਾਨੀ ਪੂਰੇ ਦਲਿਤ ਸਮਾਜ ਲਈ ਹੈ ਜਦੋਂ ਦਲਿਤ ਸਮਾਜ ਦਾ ਹੱਕ ਲੈਂਦੇ ਹੈਗੇ ਆ ਤੇ ਉਹਨਾਂ ਨੂੰ ਦਲਤ ਸਮਾਜ ਦੀ ਰੱਖਿਆ ਵੀ ਪੇ ਬੈਕ ਟੂ ਸੁਸਾਇਟੀ ਵੀ ਕਰਨੀ ਚਾਹੀਦੀ ਹੈਗੀ ਆ ਇੰਨੇ ਜ਼ੁਲਮ ਹੋਏ ਹੈਗੇ ਇੰਨੀਆਂ ਬੇਇਨਸਾਫੀਆਂ ਹੋਈਆਂ ਹੈਗੀਆਂ ਇੰਨਾ ਦੁੱਖ ਭਰਿਆ ਇਹ ਜੀਵਨ ਜੀ ਰਹੇ ਹੈਗੇ ਆ ਆ ਪੰਜਾਬ ਦੇ ਵਿੱਚ 2 ਲੱਖ ਬੱਚਾ ਇਸ ਵਾਰੀ ਦਾਖਲਾ ਇਨੀ ਲੈ ਸਕਿਆ ਇੱਕ ਇਥੇ ਆ ਚ 35 36 ਐਮ ਐਲ اے ਬਣੋਇਆ ਉਹ ਕੀ ਕਰਦੇ ਹੈਗੇ ਐ ਐਮ ਪੀ ਹੈਗੇ ਆ ਤੇ ਇਹ ਜਿਹੜਾ ਆ ਬਈ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਹ ਇਨ੍ਹਾਂ ਲੋਕਾਂ ਦੇ ਕਾਰਨ ਹੀ ਇਨ੍ਹਾਂ ਨਾਲ ਹੋ ਰਿਹਾ ਹੈਗਾ ਨਹੀਂ ਜੇ ਇਹ ਡਾਕਟਰ ਮੇਟਕਰ ਦੀ ਗੱਲ ਨੂੰ ਸਮਝ ਲੈਣ ਕਾਂਚੀ RAM ਜੀ ਦੀ ਜਿਹੜੀ ਗੱਲ ਹੈ ਉਹਨੂੰ ਸਮਝ ਲੈਣ ਵੀ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਮੈਂ ਇਹਨਾਂ ਨੂੰ ਬੰਦੇ ਦੇ ਪੁੱਤ ਬਣਾ ਦੇਂਗਾ ਕਾਂਚੀ RAM ਜੀ ਕਹਿੰਦੇ ਆ ਇਹ ਗੱਲ ਤਾਂ ਇਹ ਜੇ ਅਣਖ ਕਰਨ ਇਹ ਜਿਹੜੇ 36 MLA ਇਸ ਵੇਲੇ ਇਹ ਕਹਿ ਦੇਣ ਜੋ ਵੀ ਸਵੇਰੇ ਵਜੇ ਫੇ ਆ ਜਾਣਗੇ ਸਾਰੀਆਂ ਸਹੂਲਤਾਂ ਆ ਜਾਣਗੀਆਂ ਨਹੀਂ ਕਹਣ ਸਾਡਾ ਤੁਹਾਡੇ ਖਿਲਾਫ ਹੈ ਸਰਕਾਰ ਪਤਨ ਜਾਣੀ ਹੈਗੀ ਜਾਣੀ ਸਵੇਰੇ ਸਰਕਾਰੇ ਜਨਸੀਟਾਂ ਤੇ ਜਿੱਤੇ ਹੋਏ 36 37 ਐਮਐਲਏ ਆ ਇਹ ਬਦਲ ਸਕਦੇ ਹੈ ਕਿਤੇ ਆ ਪਰ ਇਹਨਾਂ ਦੇ ਜਿਹੜੇ ਨਿੱਜੀ ਸਵਾਰਥ ਆ ਇਹਨਾਂ ਦੇ ਵਿੱਚ ਜਿਹੜੀ ਚਮਚਾ ਗਰੀ ਦਾ ਖੂਨ ਵੜ ਗਿਆ ਹੈਗਾ ਆ ਅਣਖ ਖਤਮ ਹੈਗੀ ਆ ਬਾਬਾ ਸਾਹਿਬ ਤੇ ਕਾਂਚੀ RAM ਜੀ ਦੀਆਂ ਜਿਹੜੀ ਸੋਚ ਆ ਉਹ ਤੇ ਪਹਿਰਾ ਨਹੀਂ ਦੇ ਰਹਾ ਇਸ ਕਰਕੇ ਜਿਹੜੇ ਦਲਤ ਲੋਕ ਆ ਉਹਨਾਂ ਨਾਲ ਅਨਿਆਹ ਹੋ ਰਿਹਾ ਤੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਬਿਲਕੁਲ ਜੀ ਅੱਜ ਵੀ ਦਲਿਤ ਸਮਾਜ ਨੂੰ ਆਜ਼ਾਦੀ ਦਾ ਕਿੰਨਾ ਕੁ ਫਾਇਦਾ ਹੋਇਆ ਲੋਕਤੰਤਰ ਦਾ ਕਿੰਨਾ ਕੁ ਫਾਇਦਾ ਹੋਇਆ ਅੱਜ ਵੀ ਦਲਿਤ ਸਮਾਜ ਦੇ ਨਾਲ ਅਤਿਆਚਾਰ ਹੋ ਰਿਹਾ ਬੇਇਨਸਾਫੀ ਹੋ ਰਹੀ ਹੈ ਅੱਜ ਵੀ ਸੁੱਖਾਂ ਤੋਂ ਸਖਣਾ ਹੈ ਇਹਦੇ ਲਈ ਜਿਵੇਂ ਵਿਰਦੀ ਸਾਹਿਬ ਹੋਣਾ ਨੇ ਗੱਲ ਕੀਤੀ ਹੈ ਜਿਹੜੇ ਸਾਡੇ ਦੇਸ਼ ਦੇ ਵਿਧਾਇਕ ਹੈਗੇ ਨੇ ਵੱਖ-ਵੱਖ ਸੂਬਿਆਂ ਦੇ ਤੇ ਐਮਪੀ ਸਹਿਬਾਨ ਹੈਗੇ ਨੇ ਐਸਸੀ ਕਮਿਊਨਿਟੀ ਦੇ ਵਿੱਚੋਂ ਜਿਹੜੇ ਜਿੱਤ ਕੇ ਗਏ ਨੇ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਇਹਨਾਂ ਦੇ ਹਾਲਾਤਾਂ ਤੇ विधानसभा ਦੇ ਵਿੱਚ ਤੇ ਲੋਕ ਸਭਾ ਦੇ ਵਿੱਚ ਆਪਣੀ ਗੱਲ ਰੱਖਣ ਤੇ ਲੜਾਈ ਲੜਨ ਤੇ ਇਹਨਾਂ ਦੇ ਅਧਿਕਾਰਾਂ ਨੂੰ ਪ੍ਰਾਪਤ ਕਰਕੇ ਇਹਨਾਂ ਨੂੰ ਸੁੱਖ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਦੇ ਲਈ ਇਹਨਾਂ ਨੂੰ ਮੌਕੇ ਦੇਣੇ ਚਾਹੀਦੇ ਨੇ ਵਰਦੀ ਸਾਹਿਬ ਅਖਰ ਤੇ ਕੀ ਕਹਿਣਾ ਚਾਹੁੰਦੇ ਹੋ ਅਖਰ ਤੇ ਗੁੜਾ ਜੀ ਮੈਂ ਇਹ ਕਹਿਣਾ ਚਾਹੁੰਦਾ ਜੀ ਭਾਈ 바ਵਾ ਸਾਹਿਬ ਕਹਿੰਦੇ ਵੀ ਜਿੱਥੇ ਕਾਨੂੰਨ ਪ੍ਰਭਾਵਸ਼ਾਲੀ ਨਾ ਰਹੇ ਹਮ ਜਦੋਂ ਕਾਨੂੰਨ ਪ੍ਰਭਾਵਸ਼ਾਲੀ ਨਾ ਰਹੇ ਪਾਰਲੀਮੈਂਟ ਦੇ ਵਿੱਚ ਤੁਹਾਡੀ ਗੱਲਾਂ ਦੇ ਦੁੱਖਾਂ ਦੀ ਚਰਚਾ ਨਾ ਹੋਵੇ ਤਾਂ ਲੋਕਾਂ ਨੂੰ ਸੜਕਾਂ ਤੇ ਆਉਣਾ ਚਾਹੀਦਾ ਹੈ ਜੀ ਮੈਂ ਇੱਥੇ ਸ਼ਹੀਦ ਭਗਤ ਸਿੰਘ ਦੀ ਗੱਲ ਯਾਦ ਕਰਾਉਣੀ ਚਾਹੁੰਦਾ ਜੀ ਜੀ ਸ਼ਹੀਦ ਭਗਤ ਸਿੰਘ ਨੇ ਇੱਕ ਲੇਖ ਲਿਖਿਆ ਆਪਣਾ ਜਿਹੜਾ ਉਹਨਾਂ ਦਾ ਕਿਰਤੀ ਅਖਬਾਰ ਸੀਗਾ ਜੀ ਉਹ ਕਿਰਤੀ ਅਖਬਾਰ ਤੇ ਵਿੱਚ ਉਹਨਾਂ ਨੇ ਲੇਖ ਲਿਖਿਆ ਅਸ਼ੂਦ ਦਾ ਸਵਾਲ ਜਿਹੜਾ ਅੱਜ ਤੁਸੀਂ ਕੀਤਾ ਹੈਗਾ ਵੀ ਦਲਤਾਂ ਦੀ ਆਜ਼ਾਦੀ ਕਿੱਥੇ ਆ ਤਾਂ ਉਹ ਭਗਤ ਸਿੰਘ ਨੇ ਦਲਤਾਂ ਨੂੰ ਕਿਹਾ ਦਲਤੋ ਉੱਠੋ ਆਪਣੀ ਸ਼ਕਤੀ ਦੀ ਪਹਿਚਾਨ ਕਰੋ ਕਹਿੰਦਾ ਤੁਸੀਂ ਇਹ ਦੇਸ਼ ਦੇ ਅਸਲੀ ਵਾਰਸ ਹੈ ਤੁਸੀਂ ਇਹ ਦੇਸ਼ ਦੀ ਭਾਰਤ ਦੀ ਸਜਣਾ ਕੀਤੀ ਹੈਗੀ ਅੱਜ ਜੇ ਬੜਬੜੀਆਂ ਬਿਲ ਲਗਾ ਨਹਿਰਾ ਡੈਮ ਹੋਰ ਸੜਕਾਂ ਸਭ ਕੁਝ ਕਹਿੰਦਾ ਤੁਸੀਂ ਹੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਦੇ ਫੌਜ ਵਿੱਚ ਮੋਰੀ ਸੀਗੇ ਤੁਸੀਂ ਹੀ ਲੋਕਾਂ ਨੇ ਕੁਰਬਾਨੀਆਂ ਕਰਕੇ ਉਦੋਂ ਵੀ ਆਜ਼ਾਦੀ ਦੀ ਲੜਾਈ ਲੜੀ ਹੈਗੀ ਆ ਜੀ 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 ਤੁਸੀਂ ਹੀ ਮਹਾਰਾਣਾ ਪ੍ਰਤਾਪ ਨੂੰ ਛੁਡਾ ਕੇ ਲਿਆਏ ਕੈਦ ਦੇ ਵਿੱਚੋਂ ਜੀ ਤੁਸੀਂ ਹੀ ਸ਼ਿਵਾਜੀ ਦੀ ਫੌਜ ਦੇ ਵਿੱਚ ਜਿਹੜੀ ਆਜ਼ਾਦੀ ਦੀ ਲੜਾਈ ਲੜੀ ਹੈਗੀ ਆ ਇਸ ਲਈ ਉઠੋ ਦਲ ਤੋਂ ਉઠੋ ਅਸ਼ੂਤੋ ਉઠੋ ਆਪਣੇ ਸ਼ਕਤੀ ਦੀ ਪਹਿਚਾਣ ਕਰੋ ਔਰ ਇਹ ਜਿਹੜੇ ਜ਼ਾਲਮ ਆ ਉਹਨਾਂ ਦਾ ਤਖਤਾ ਪਲਟ ਦਿਓ ਔਰ ਇਸ ਲਈ ਲੋਕਾਂ ਨੂੰ ਹੁਣ ਇਹ ਜਿਹੜਾ ਜੇ ਨਹੀਂ ਉਹਨਾਂ ਦੀ ਗੱਲ ਪਾਰਲੀਮੈਂਟ ਅਸੈਂਬਲੀਆਂ ਸੁਣਦੀਆਂ ਤਾਂ ਉਹਨਾਂ ਨੂੰ ਸੜਕਾਂ ਦੇ ਉੱਤੇ ਭਗਤ ਸਿੰਘ ਡਾਕਟਰ अंबेडकर ਤੇ ਮਾ ਜੋ ਕਾਂਚੀ ਰਾਮ ਜੀ ਦੇ ਰਾਹ ਨੂੰ ਦੇ ਉੱਤੇ ਆਉਣਾ ਚਾਹੀਦਾ ਹੈਗਾ ਅੰਦੋਲਨ ਕਰਨੇ ਚਾਹੀਦੇ ਹੈ। ਬਿਲਕੁਲ ਜੀ ਅੰਦੋਲਨ ਦੇ ਰਾਹ ਪੈਣਾ ਪਏਗਾ ਜੇ ਅੱਜ ਵੀ ਅਸੀਂ ਇਹਨਾਂ ਹੱਕਾਂ ਤੋਂ ਵਾਂਝੇ ਆ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਡਕਰ ਜੀ ਤੇ ਸਾਈਬ ਕਾਂਚੀ ਰਾਮ ਜੀ ਉਹਨਾਂ ਦੀ ਗੱਲ ਅੱਜ ਮੰਨ ਲੈਣੀ ਚਾਹੀਦੀ ਹੈ ਜੇ ਤੁਹਾਡੇ ਨਾਲ ਬੇਇਨਸਾਫੀ ਹੁੰਦੀ ਤੁਹਾਨੂੰ ਹੱਕ ਨਹੀਂ ਮਿਲਦੇ ਤਾਂ ਤੁਹਾਡੇ ਕੋਲ ਜਿਹੜਾ ਰਸਤਾ ਦਿੱਤਾ ਲੋਕਤੰਤਰ ਨੇ ਦੇਸ਼ ਦੇ ਸੰਵਿਧਾਨ ਨੇ ਉਹ ਹੈ ਸੰਘਰਸ਼ ਸੜਕਾਂ ਤੇ ਆਉਣ ਦਾ ਅੰਦੋਲਨ ਦਾ ਆਓ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਨਾਲ ਵਿਚਾਰਾਂ ਕਰਦੇ ਰਵਾਂਗੇ ਵਰਦੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੈ ਪੀ ਜੀ